ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਕੈਪਟਨ ਸਰਕਾਰ ਦੇ ਨਾਲ ਉਹਨਾਂ ਦੇ ਮੰਤਰੀ ਵੀ ਐਲਾਨੇ ਜੰਗ ਸ਼ੁਰੂ ਕਰ ਦਿੱਤੀ ਹੈ। ਮੰਤਰੀ ਆਪਣੇ ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਸਟੇਜਾਂ ਤੇ ਨਸ਼ਾ ਸਮਗਲਰਾਂ ਨੂੰ ਚੇਤਾਵਨੀ ਦਿੰਦੇ ਦਿਖਾਈ ਦੇ ਰਹੇ ਨੇ ਕਿ ਨਸ਼ਾ ਵੇਚਣਾ ਬੰਦ ਕਰ ਦਿਓ ਜਾਂ ਫਿਰ ਕੋਈ ਹੋਰ ਧੰਦਾ ਸ਼ੁਰੂ ਕਰ ਲਓ, ਨਹੀਂ ਤਾਂ ਫਿਰ ਅੰਜਾਮ ਭੁਗਤਣ ਲਈ ਵੀ ਤਿਆਰ ਰਹੋ। ਪਿੰਡ ਦੇ ਗੁਰਦੁਆਰਿਆਂ ਦੇ ਵਿੱਚ ਵੀ ਅਨਾਉਂਸਮੈਂਟਾਂ ਹੋ ਰਹੀਆਂ ਨੇ। ਉੱਥੇ ਹੀ ਪੰਜਾਬ ਕੈਬਨਿਟ ਮੰਤਰੀ ਤ੍ਰਿਪਤ ਰਾਜੇਂਦਰਾ ਸਿੰਘ ਬਾਜਵਾ ਜਨਸਭਾ ਦੇ ਵਿੱਚ ਨਸ਼ਾ ਤਸਕਰਾਂ ਨੂੰ ਚੇਤਾਵਨੀ ਦੇ ਰਹੇ ਨੇ ਅਤੇ ਲੋਕਾਂ ਨੂੰ ਅਪੀਲ ਵੀ ਕਰ ਰਹੇ ਨੇ ਕਿ ਨਸ਼ਾ ਖਤਮ ਕਰਨ ਦੇ ਵਿੱਚ ਅਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਮੁਹਿੰਮ ਦੇ ਵਿੱਚ ਉਹਨਾਂ ਦਾ ਸਾਥ ਜ਼ਰੂਰ ਦੇਣ। ਵਾਹਿਗੁਰੂ ਜੀ ਕੀ ਫਤਿਹ। ਸਾਰੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਅੱਜ ਆਪ ਜੀ ਦੇ ਹਲਕੇ ਦੇ MLA ਕੈਬਨਿਟ ਮਿਨਿਸਟਰ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ, ਜੋ ਕਿ ਹੁਣੇ ਹੀ ਆਪ ਜੀ ਦੇ ਨਗਰ ਚੋਂ ਹੋ ਗਏ ਗਾਂਹ ਗਏ ਹਨ, ਉਹਨਾਂ ਵੱਲੋਂ ਇਹ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ ਕਿ ਜਿੱਥੇ ਤੱਕ ਆਵਾਜ਼ ਆ ਰਹੀ ਹੈ, ਜੋ ਵੀ ਇਸ ਆਵਾਜ਼ ਨੂੰ ਸੁਣਦਾ ਆ, ਇਲਾਕੇ ਦੇ ਵਿੱਚ ਕੋਈ ਵੀ ਨਸ਼ਾ ਕਰਨ ਵਾਲਾ, ਵੇਚਣ ਵਾਲਾ ਜਾਂ ਸਪਲਾਈ ਕਰਨ ਵਾਲਾ, ਉਹ ਆਪਣੇ ਕਾਰੋਬਾਰ ਨੂੰ ਬੰਦ ਕਰ ਦੇਵੇ ਅਤੇ ਹੋਰ ਕੋਈ ਆਪਣਾ ਕਾਰੋਬਾਰ ਨਵਾਂ ਆਰੰਭ ਕਰੇ। ਜੇ ਕੋਈ ਨਸ਼ਾ ਵੇਚਦਾ ਜਾਂ ਸਪਲਾਈ ਕਰਦਾ ਫੜਿਆ ਗਿਆ ਤਾਂ ਉਹਦਾ ਕੋਈ ਛੁਟਕਾਰਾ ਨਹੀਂ, ਕਿਸੇ ਤਰੀਕੇ ਨਾਲ ਉਹਨੂੰ ਛੱਡਿਆ ਨਹੀਂ ਜਾਏਗਾ, ਸਖ਼ਤ ਤੋਂ ਸਖ਼ਤ ਸਜ਼ਾ ਉਹਨੂੰ ਦਿੱਤੀ ਜਾਏਗੀ। ਇਸ ਕਰਕੇ ਭਾਈ, ਜੋ ਵੀ ਆਵਾਜ਼ ਸੁਣਦੇ ਹਨ, ਜਿਹੜਾ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ, ਉਹਨਾਂ ਨੂੰ ਸਰਕਾਰ ਵੱਲੋਂ ਬੇਨਤੀ ਸਮਝ ਲਓ, ਸੂਚਨਾ ਸਮਝ ਲਓ ਕਿ ਆਪਣਾ ਕਾਰੋਬਾਰ ਨਸ਼ੇ ਦਾ ਬੰਦ ਕਰਕੇ ਕੋਈ ਹੋਰ ਚੰਗਾ ਕਾਰੋਬਾਰ ਸ਼ੁਰੂ ਕਰੋ। ਇਲਾਕੇ ਦੇ ਵਿੱਚ ਜਿੱਥੇ ਤੱਕ ਆਵਾਜ਼ ਆਉਂਦੀ ਆ, ਸਾਰੇ ਨਸ਼ਾ ਤਸਕਰ, ਜੇ ਨਸ਼ਾ ਵੇਚਣ ਵਾਲੇ ਹਨ ਜਾਂ ਨਸ਼ਾ ਸਪਲਾਈ ਕਰਨ ਵਾਲੇ, ਉਹ ਆਪਣੇ ਕਾਰੋਬਾਰਾਂ ਨੂੰ ਬੰਦ ਕਰਦੇ। ਸਰਕਾਰ ਵੱਲੋਂ ਬੇਨਤੀ ਹੈ, ਸੂਚਨਾ ਹੈ, ਬੇਨਤੀ ਨਹੀਂ ਸੂਚਨਾ ਹੀ ਹੈ ਕਿ ਆਪਣਾ ਆਪਣੇ ਐਸੇ ਜੋ ਭੜੇ ਕਾਰੋਬਾਰ ਹਨ, ਲੋਕਾਂ ਨੂੰ ਜ਼ਿੰਦਗੀ ਖਰਾਬ ਕਰਨ ਵਾਲੇ, ਉਹ ਆਪਣੇ ਕਾਰੋਬਾਰ ਬੰਦ ਕਰੋ। ਤੇ ਇਸ ਲਈ ਭਾਈ, ਜੋ ਨਸ਼ਾ ਵੇਚਦੇ ਹਨ ਜਾਂ ਸਪਲਾਈ ਕਰਨ ਵਾਲੇ ਹਨ, ਆਪਣੇ ਕਾਰੋਬਾਰ ਨੂੰ ਬੰਦ ਕਰੋ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਏਗੀ। ਤੁਹਾਡੀਆਂ ਗੱਲਾਂ ਸੁਣ ਲਈ ਪਿੰਡ ਪਿੰਡ ਵੀ ਆਉਣਾ ਵਾ, ਪਰ ਅੱਜ ਮੈਂ ਤੁਹਾਨੂੰ ਆਪਣੀ ਸਰਕਾਰ ਦਾ ਸਲਾਹ ਦੇਣਾ ਚਾਹੁੰਦਾ ਤੇ ਤੁਹਾਨੂੰ ਬੇਨਤੀ ਕਰਨਾ ਵੀ ਪਿੰਡ ਪਿੰਡ ਉਸ ਸਰਕਾਰ ਨੂੰ ਬਚਾਓ ਤੇ ਸਾਡੀ ਮਦਦ ਕਰੋ, ਉਸ ਦੀ ਮਦਦ ਕਰੋ। ਇਹ ਜਿਹੜਾ ਨਸ਼ਾ ਵਾ, ਚਿੱਟੇ ਦਾ ਨਸ਼ਾ ਵਾ, ਤੁਹਾਡੀ ਮਦਦ ਬਿਨਾਂ ਖਤਮ ਨਹੀਂ ਹੋ ਸਕਦਾ। ਤੁਹਾਡੀ ਮਦਦ ਇਸ ਕਰਕੇ ਨਹੀਂ ਚਾਹੀਦੀ ਵੀ ਤੁਸੀਂ ਪੁਲਿਸ ਨੂੰ ਫੜਾਓ, ਉਹ ਬੱਚੇ ਸਾਡੇ ਹੀ ਨੇ, ਮਾਪਿਆਂ ਦਾ ਵੀ ਫਰਜ਼ ਬਣਦਾ ਆਪਣੇ ਬੱਚਿਆਂ ਦਾ ਧਿਆਨ ਰੱਖਣਾ, ਆਪਣਾ ਫਰਜ਼ ਤੁਸੀਂ ਵੀ ਨਿਭਾਓ, ਸਰਕਾਰ ਵੀ ਨਿਭਾਏਗੀ, ਪੁਲਿਸ ਵੀ ਨਿਭਾਏਗੀ, ਪਰ ਮਦਦ ਦੀ ਤੁਹਾਡੀ ਲੋੜ ਆ। ਸੁਸਾਇਟੀ ਬਿਨਾਂ ਕੋਈ ਗੰਦ ਖਤਮ ਨਹੀਂ ਹੋ ਸਕਦਾ, ਲੋਕਾਂ ਦੀ ਮਦਦ ਬਿਨਾਂ ਕੋਈ ਗਲਤੀ ਨਿਕਲ ਨਹੀਂ ਸਕਦੀ। ਪੁਲਿਸ ਨੂੰ ਨਾ ਕੋਸੋ, ਪੁਲਿਸ ਨਹੀਂ ਮਾੜੀ, ਮਗਰ ਅਸੀਂ ਮਾੜੇ ਸਾਂ ਜਿਹੜੇ ਇਹਨਾਂ ਨੂੰ ਕੰਮ ਨਹੀਂ ਸਾਂ ਕਰਨ ਦਿੰਦੇ। ਤੇ ਅੱਜ ਵੀ ਤੁਹਾਨੂੰ ਬੇਨਤੀ ਕਰਨਾ, ਆਪਣੇ ਬੱਚਿਆਂ ਨੂੰ ਸਾਂਭ ਲਓ,
ਜੇ ਕੋਈ ਫੜਿਆ ਗਿਆ ਮੇਰਾ ਜਿੱਡਾ ਮਰਜ਼ੀ ਸਕਾ ਸਾਥੀ ਹੋਵੇ ਨੇੜੇ ਦਾ ਹੋਵੇ ਮੇਰੇ ਤੇ ਗੁੱਸਾ ਨਾ ਕਰਿਓ ਮੈਂ ਨਹੀਂ ਜੇ ਮਦਦ ਕਰਨੀ ਤੁਹਾਨੂੰ ਬੜਾ ਸਿੱਧਾ ਸਲਾਮ ਹੈ ਹਾਂ ਮਦਦ ਮੈਂ ਕਰ ਸਕਦਾ ਜੇ ਆਣ ਕੇ ਆਖੋ ਕਿ ਸਾਡੇ ਮੁੰਡੇ ਦਾ ਨੁਕਸਾ ਇਹਦਾ ਇਲਾਜ ਕਰਾ ਦਿਓ ਡਾਕਟਰੀ ਮਦਦ ਕਰਾਉਣੀ ਮੇਰਾ ਕੰਮ ਹੈ ਪਰ ਜੇ ਉਹਦੇ ਕੋਲੋਂ ਸਮਾਨ ਫੜਿਆ ਜਾਏ ਤੁਸੀਂ ਨਾ ਦੱਸੋ ਤੇ ਪੁਲਿਸ ਫੜ ਲਵੇ ਫਿਰ ਮੇਰੀਆਂ ਬਾਹਾਂ ਖੜੀਆਂ ਕੋਈ ਗੁੱਸਾ ਨਾ ਕਰਿਓ ਅਨਾਊਂਸਮੈਂਟ ਕੈਪਟਨ ਸਰਕਾਰ ਬਣ ਤੇ ਕੈਪਟਨ ਸਾਹਿਬ ਨੇ ਇਹ ਵੀ ਅਨਾਊਂਸਮੈਂਟ ਥਾਣਿਆਂ ਨੂੰ SSP DC ਨੂੰ ਸਾਰੇ ਅਨਾਊਂਸਮੈਂਟ ਕਰ ਦਿੱਤੀ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਆ ਉਹ ਸੁਚੇਤ ਹੋ ਜਾਣ ਅਸੀਂ ਵੀ ਕੈਪਟਨ ਸਾਹਿਬ ਦਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਸਾਡੇ ਹਲਕੇ ਦੇ MLA ਆ ਉਹਨਾਂ ਦਾ ਸਾਥ ਦੇਵਾਂਗੇ ਜਿੱਥੇ ਵੀ ਨਸ਼ਾ ਵੇਖਦਾ ਹੋਊਗਾ ਅਸੀਂ SSP ਦਫ਼ਤਰੇ DC ਦਫ਼ਤਰੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੂੰ ਦੱਸਾਂਗੇ ਵੀ ਇਹ ਨਸ਼ਾ ਵੇਚ ਰਿਹਾ ਇਹਨਾਂ ਰੋਕਿਆ ਜਾਵੇ ਇਸ ਕਰਕੇ ਅਸੀਂ ਪਿੰਡ 'ਚ ਵੀ ਆਪਣੇ ਜੋ ਵਾਅਦਾ ਕੀਤਾ ਅਨਾਊਂਸਮੈਂਟ ਕੀਤੀ ਆ ਸਪੀਕਰ ਦੇ ਵਿੱਚ ਕੀਤਾ ਗਿਆ ਵੀ ਜਿਹੜੇ ਨਸ਼ਾ ਵੇਖਦੇ ਆ ਉਹ 24 ਘੰਟੇ ਦੇ ਵਿੱਚ ਬੰਦ ਕਰ ਦੇਣ ਜੇ ਨਹੀਂ ਕਰਨਗੇ ਤਾਂ ਅਸੀਂ ਖੁਦ ਉਹਨਾਂ ਨੂੰ ਫੜਾ ਕੇ ਥਾਣੇ ਵਿੱਚ ਭੇਜਾਂਗੇ ਨਸ਼ੇ ਦੇ ਖਿਲਾਫ਼ ਜੇ ਕਰਿਆ ਕਿ ਅਬ ਜੋ ਨਈ PDI ਸਰਕਾਰ ਕੋ ਦੇਖ ਕੇ ਇੱਕਦਮ ਉਹਨਾਂ ਨੇ ਸੁਚੇਤ ਹੋ ਗਏ ਹੈ ਕਿ ਅਬ ਨਹੀਂ ਜੇ ਛੋੜ ਦੇਣਾ ਚਾਹੀਏ ਅਬ ਤੋਂ ਨਾ ਮਿਲੇਗਾ ਨਸ਼ਾ ਔਰ ਨਾ ਮਿਲਨੇ ਵੇਚਣੇ ਵਾਲਾ ਮਿਲੇਗਾ ਇਸ ਲਈ ਸਭੀ ਨੇ ਪ੍ਰਣ ਕੀਆ ਹੈ ਕਿ ਅਬ ਜਿਤਨੇ ਲੋਕ ਹੈ ਹਮਾਰੇ ਔਰ ਜਿਤਨੇ ਵੀ ਪੰਜਾਬ ਕੇ ਜਾਂ ਹਮਾਰੇ ਗਾਓਂ ਕੇ ਲੋਕ ਹੈ ਜੇ ਅਬ ਨਏ ਸਿਰੇ ਸੇ ਉਠੇਂਗੇ ਔਰ ਆਪਣੇ ਤਰੀਕੇ ਸੇ ਨਸ਼ੇ ਕਰਨੇ ਵਾਲੇ ਕੋ ਬੰਦ ਕਰ ਦੇ ਨਸ਼ੇ ਪੇ ਮੁੱਦੇ ਪੇ ਹਮਾਰੀ ਪਾਲਿਸੀ ਬੜੀ ਕਲੀਅਰ ਹੈ ਕੈਪਟਨ ਅਮਰਿੰਦਰ ਸਿੰਘ ਜੀ ਨੇ ਫੈਸਲਾ ਕੀਆ ਹੋਇਆ ਵੀ 4 ਹਫ਼ਤੇ ਮੇਂ ਖਤਮ ਕਰਨਾ ਹਮਨੇ ਵੀ ਇਹ ਲੋਕੋ ਕੋ ਸਮਝਾਇਆ ਗੁਰਦੁਆਰੇ ਮੇਂ ਅਨਾਊਂਸਮੈਂਟ ਨਸ਼ੇ ਪੇ ਮੁੱਦੇ ਪੇ ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ TV